सत श्री अकाल दोस्तों, फिर तो हाजिर हो चुकी है तुहाडी दोस्त मनप्रीत यस टीवी ते। वैसे दोस्तों, जब आप प्राइवेट जॉब करते हैं ना, तो आप काम करते करते इतना थक जाते हैं ना कि आप परेशान हो जाते हैं कि हाय रब्बा, आप इतना काम कर रहे हैं लेकिन फिर भी साड़ी वैल्यू नहीं हैगी। लेकिन दोस्तों, वैल्यू सब दी हुंदी है, लेकिन आप उन्हें कई बार समझ नहीं पाते ते आप ना बहुत ही ज्यादा परेशान हो जाते हैं। इस तो रिलेटेड है साड़ी आज की कहानी, ते आओ सुनते हैं। दोस्तों, एक बार की गल सी, एक बार एक मुंडा ना एक दुकान ते गया, ते दुकान ते जाके ना उन्हें एक ऑफिस दे मालिक नू फोन किया। फोन करके किया, हेलो सर, ने कहा हाँ जी बोलो। कहना मेनू ना जॉब दी बहुत ही ज्यादा जरूरत हैगी, तुसी मेनू जॉब दे दवो। जिहड़ी ओह जॉब मांग रहा सी, ओह लेखन दी जॉब मांग रहा सी, ते ओह जिहड़ा सर हैगे सी, ओह ते कहंदे भी नहीं, ए जॉब मैं तेनू नहीं दे सकदा, क्योंकि जो जॉब तू मांग रहा ना, उस जॉब ते ऑलरेडी मेरे ऑफिस दे विच एक बंदा काम कर रहा है, मैं किवें तेनू ओह जॉब दे दवां। उन्हें बहुत मिन्नतां कीतियां, बई सर तुसी मैनू ओह जॉब दे दवो, ते मैं ना ओह जॉब तुहाडी अद्धी सैलरी दे विच कर लवांगा। ਉਹ ਜਿਹੜਾ ਬੋਸ ਸੀ ਉਹਨੇ ਫਿਰ ਮਨਾ ਕਰ ਦਿੱਤਾ, ਵੀ ਨਹੀਂ ਮੈਂ ਤੈਨੂੰ ਉਹ ਜੋਬ ਨਹੀਂ ਦੇ ਸਕਦਾ, ਕਿਵੇਂ ਦੇ ਦਵਾਂ ਜਦੋਂ ਇੱਕ ਮੁੰਡਾ ਉੱਥੇ, ਇੱਕ ਆਦਮੀ ਉੱਥੇ ਕੰਮ ਕਰ ਰਿਹਾ ਵੇ, ਕਿਵੇਂ ਮੈਂ ਤੈਨੂੰ ਉਹ ਜੋਬ ਦੇ ਦਵਾਂ। ਫਿਰ ਉਸ ਮੁੰਡੇ ਨੇ ਦੁਬਾਰਾ ਗਿਆ, ਵੀ ਸਰ ਪਲੀਜ਼ ਮੈਨੂੰ ਤੁਸੀਂ ਉਹ ਜੋਬ ਦੇ ਦਵੋ, ਅੱਧੀ ਸੈਲਰੀ ਦੇ ਵਿੱਚ ਤਾਂ ਮੈਂ ਕੰਮ ਕਰਾਂਗਾ ਹੀ, ਨਾਲ ਹੀ ਨਾਲ ਮੈਂ ਛੋਟੇ ਮੋਟੇ ਤੁਹਾਡੇ ਹੋਰ ਵੀ ਕੰਮ ਕਰ ਦੇਵਾਂਗਾ। ਬੋਸ ਨੇ ਫਿਰ ਗੁੱਸੇ ਦੇ ਵਿੱਚ ਆ ਕੇ ਕਿਹਾ, ਵੀ ਮੈਂ ਜੇ ਤੈਨੂੰ ਇੱਕ ਵਾਰੀ ਕਹਿ ਦਿੱਤਾ ਵੇ ਕਿ ਤੈਨੂੰ ਇਹ ਨੌਕਰੀ ਮੈਂ ਨਹੀਂ ਦੇ ਸਕਦਾ, ਉੱਥੇ ਆਲਰੇਡੀ ਇੱਕ ਬੰਦਾ ਕੰਮ ਕਰ ਰਿਹਾ, ਮੈਨੂੰ ਕਿਵੇਂ ਉਹਦੀ ਜੋਬ ਛੱਡ ਕੇ ਤੈਨੂੰ ਦੇ ਦੇਵਾਂ, ਉਹ ਬਹੁਤ ਵਧੀਆ ਉਹ ਕੰਮ ਕਰ ਰਿਹਾ ਵੇ, ਮੈਂ ਉਹਦੇ ਕੰਮ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੈਗਾ ਵਾ। ਇਸ ਲਈ ਜੇਕਰ ਤੂੰ ਹੁਣ ਮੈਨੂੰ ਦੁਬਾਰਾ ਫੋਨ ਕੀਤਾ ਨਾ, ਫਿਰ ਵੇਖ ਲਈ, ਹੁਣ ਤੁਹਾਡਾ ਫੋਨ ਮੇਰੇ ਕੋਲ ਦੁਬਾਰਾ ਨਹੀਂ ਆਉਣਾ ਚਾਹੀਦਾ। ਐਂ ਕਹਿ ਕੇ ਬੋਸ ਨੇ ਜਿਹੜਾ ਫੋਨ ਰੱਖ ਦਿੱਤਾ, ਤੇ ਮੁੰਡੇ ਨੇ ਵੀ ਜੀ ਮੁਸਕੁਰਾਉਂਦੇ ਹੋਏ ਫੋਨ ਰੱਖ ਦਿੱਤਾ। ਤੇ ਜਿਹੜਾ ਉਹ ਦੁਕਾਨ ਦਾ ਮਾਲਿਕ ਸੀ ਨਾ, ਤੇ ਉਹਨੇ ਉਸ ਮੁੰਡੇ ਨਾਲ ਗੱਲ ਕੀਤੀ ਤੇ ਕਿਹਾ, ਵੀ ਜੇਕਰ ਤੈਨੂੰ ਜੋਬ ਦੀ ਇੰਨੀ ਜ਼ਿਆਦਾ ਜ਼ਰੂਰਤ ਹੈ ਨਾ, ਤੇ ਤੂੰ ਇੰਜ ਕਰ, ਤੂੰ ਮੇਰੀ ਦੁਕਾਨ ਦੇ ਵਿੱਚ ਕੰਮ ਕਰ ਲੈ, ਤੇ ਮੈਂ ਤੈਨੂੰ 12 ਘੰਟੇ ਤੋਂ ਕੰਮ ਕਰਨੇ ਨੇ, ਮੈਂ ਤੈਨੂੰ 10,000 ਰੁਪਏ ਦੇ ਦੇਵਾਂਗਾ। ਤੇ ਮੁੰਡਾ ਕਹਿੰਦਾ, ਵੀ ਨਹੀਂ ਮੈਨੂੰ ਜੋਬ ਦੀ ਕੋਈ ਜ਼ਰੂਰਤ ਨਹੀਂ ਹੈ, ਮੈਂ ਨਹੀਂ ਕਰਨੀ। ਤੇ ਉਹ ਜਿਹੜਾ ਦੁਕਾਨ ਦਾ ਮਾਲਿਕ ਹੈਗਾ ਸੀ, ਉਹ ਕਹਿੰਦਾ, ਵੀ ਹੁਣੇ ਤਾਂ ਤੂੰ ਆਪਣੇ ਬੋਸ ਦੇ ਅੱਗੇ, ਉਹ ਜਿਹੜਾ ਬੋਸ ਸੀ ਆਫਿਸ ਦਾ, ਉਹਦੇ ਅੱਗੇ ਇੰਨਾ ਗਿੜਗਿੜਾ ਰਿਹਾ ਸੀ, ਵੀ ਮੈਨੂੰ ਨੌਕਰੀ ਦੇ ਦੋ, ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ, ਹੁਣ ਤੂੰ ਮਨਾ ਕਰ ਰਿਹਾ ਵੇ। ਤੇ ਫਿਰ ਉਸ ਮੁੰਡੇ ਨੇ ਕਿਹਾ, ਵੀ ਮੈਂ ਨਾ ਉਸੇ ਆਫਿਸ ਦੇ ਵਿੱਚ ਕੰਮ ਕਰਦਾ ਵਾਂ, ਔਰ ਜਿਸ ਪਦ ਦੇ ਲਈ ਮੈਂ ਫੋਨ ਕਰ ਰਿਹਾ ਸੀ ਨਾ, ਉਹ ਪਦ ਮੇਰਾ ਹੀ ਹੈਗਾ ਵੇ, ਲੇਖਣ ਦਾ ਕੰਮ ਉੱਥੇ ਮੈਂ ਹੀ ਕਰਦਾ ਵਾਂ, ਮੈਂ ਤੇ ਬਸ ਇਹ ਜਾਣਨਾ ਚਾਹ ਰਿਹਾ ਸੀ ਕਿ ਮੇਰੇ ਬੋਸ ਮੇਰੇ ਪ੍ਰਤੀ ਕੀ ਸੋਚਦੇ ਨੇ। ਤੇ ਫਿਰ ਜਿਹੜਾ ਉਹ ਆਦਮੀ ਸੀ, ਦੁਕਾਨ ਦਾ ਮਾਲਿਕ ਸੀ, ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਵੀ ਮੈਂ ਤਾਂ ਪਹਿਲਾ ਬੰਦਾ ਐਸਾ ਵੇਖਿਆ ਵੇ ਜੋ ਆਪਣੀ ਹੀ ਜਗ੍ਹਾ ਤੇ ਫੋਨ ਕਰ ਰਿਹਾ ਵੇ, ਔਰ ਪਤਾ ਕਰ ਰਿਹਾ ਵੇ ਕਿ ਵੀ ਮੇਰੇ ਬਾਰੇ ਮੇਰਾ ਬੋਸ ਕੀ ਸੋਚਦਾ ਹੈ। ਤੇ ਦੋਸਤੋ, ਉਹਦੇ ਨਾਲ ਉਹ ਜਿਹੜਾ ਮੁੰਡਾ ਸੀ, ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਕਿ ਮੇਰਾ ਬੋਸ ਮੇਰੇ ਪ੍ਰਤੀ ਕਿੰਨਾ ਜਾਗਰੂਕ ਹੈਗਾ ਵੇ, ਮੇਰੇ ਪ੍ਰਤੀ ਕਿੰਨਾ ਉਹ ਇਮਾਨਦਾਰ ਹੈਗਾ ਵੇ, ਉਹਨੂੰ ਮੇਰਾ ਕੀਤਾ ਹੋਇਆ ਕੰਮ ਦਿਖਦਾ ਵੇ। ਦੋਸਤੋ, ਬੋਸ ਜਿਹੜੇ ਹੁੰਦੇ ਨੇ ਨਾ, ਤੁਹਾਨੂੰ ਕਦੀ ਵੀ ਐਸਾ ਅਹਿਸਾਸ ਨਹੀਂ ਹੋਣ ਦੇਣਗੇ ਕਿ ਵੀ ਤੁਸੀਂ ਕੰਮ ਵਧੀਆ ਕਰ ਰਹੇ ਹੋ, ਤੁਹਾਨੂੰ ਛੋਟੀ ਛੋਟੀ ਗੱਲ ਤੇ ਡਾਂਟਣਗੇ, ਜੇਕਰ ਡਾਂਟਣਗੇ ਨਹੀਂ ਤਾਂ ਤੁਸੀਂ ਇੰਪਰੂਵ ਕਿਵੇਂ ਕਰੋਗੇ। ਇਸ ਲਈ ਉਹ ਛੋਟੇ ਛੋਟੇ ਡਾਂਟ ਦੇ ਵਿੱਚ ਜੋ ਸਬਕ ਹੁੰਦਾ ਵੇ ਨਾ, ਉਹ ਸਿੱਖਣਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਵੇ। ਤੇ ਇਹਦੇ ਨਾਲ ਜੀ ਉਸ ਮੁੰਡੇ ਨੂੰ ਤਾਂ ਗੱਲ ਸਮਝ ਆ ਗਈ ਕਿ ਮੇਰਾ ਬੋਸ ਮੇਰੀ ਕੇਅਰ ਕਰਦਾ ਵੇ, ਤੇ ਉਹਨੂੰ ਜਿਹੜੀ ਮੇਰੀ ਮਿਹਨਤ ਹੈਗੀ ਹੈ ਨਾ, ਉਹ ਵੀ ਦਿਖਦੀ ਏ। ਆਫਿਸ ਤੇ ਭਾਵੇਂ ਜਿੰਨਾ ਮਰਜ਼ੀ ਮੈਨੂੰ ਡਾਂਟਦਾ ਵੇ, ਲੇਕਿਨ ਉਹਦੇ ਮਨ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ ਮੈਂ ਹੈਗਾ ਵਾਂ ਕਿ ਹਾਂ ਬਈ ਮੈਂ ਕੰਮ ਕਰ ਰਿਹਾ ਵਾਂ। ਤੇ ਦੋਸਤੋ, ਹਰ ਪਾਸੇ ਦੀ ਇਹੀ ਕਹਾਣੀ ਹੈਗੀ ਵੇ। ਸਭ ਬੋਸ ਜਿਹੜੇ ਹੁੰਦੇ ਨੇ, ਹਰ ਇੱਕ ਚੀਜ਼ ਤੇ ਨਜ਼ਰ ਰੱਖਦੇ ਨੇ ਕਿ ਕੌਣ ਕਿਵੇਂ ਕੀ ਕਰ ਰਿਹਾ ਵੇ। ਇਸ ਲਈ ਕਦੀ ਵੀ ਤੁਸੀਂ ਇਹ ਨਾ ਸੋਚੋ ਕਿ ਮੈਂ ਇੰਨੀ ਮਿਹਨਤ ਕਰ ਰਿਹਾ ਵਾਂ, ਲੇਕਿਨ ਮੇਰਾ ਬੋਸ ਤਾਂ ਮੇਰੇ ਵੱਲ ਧਿਆਨ ਹੀ ਨਹੀਂ ਦਿੰਦਾ, ਕਿ ਇਹ ਤਾਂ ਨਿਕਾਰਾ ਹੈਗਾ ਵੇ, ਕੁਛ ਨਹੀਂ ਕਰਦਾ, ਬਸ ਇਹੀ ਕਹਿੰਦਾ ਰਹਿੰਦਾ ਵੇ। ਦੋਸਤੋ, ਜੇਕਰ ਬੋਸ ਦੀ ਵਰਡਿੰਗ ਨਹੀਂ ਹੋਏਗੀ, ਤਾਂ ਫਿਰ ਤੁਸੀਂ ਕਦੀ ਵੀ ਉੱਚਾ ਮੁਕਾਮ ਹਾਸਿਲ ਨਹੀਂ ਕਰ ਸਕੋਗੇ। ਜੇਕਰ ਤੁਸੀਂ ਥੋੜਾ ਜਿਹਾ ਕੁਛ ਕੰਮ ਕਰ ਤੇ ਤੁਹਾਡੇ ਬੋਸ ਨੇ ਕਹਿ ਦਿੱਤਾ ਬਹੁਤ ਹੀ ਵਧੀਆ ਕੀਤਾ, ਤੇ ਤੁਸੀਂ ਨਾ ਬਸ ਉਹ ਕੰਮ ਉੱਥੇ ਤੱਕ ਹੀ ਕਰੋਗੇ, ਉਸ ਤੋਂ ਅੱਗੇ ਤੁਸੀਂ ਸੋਚਣਾ ਹੀ ਬੰਦ ਕਰ ਦਵੋਗੇ। ਔਰ ਜੇਕਰ ਤੁਹਾਡਾ ਬੋਸ ਤੁਹਾਨੂੰ ਉਸ ਗੱਲ ਤੇ ਕਹਿ ਦੇਗਾ ਨਾ, ਵੀ ਨਹੀਂ ਹਲੇ ਵਧੀਆ ਨਹੀਂ ਕੀਤਾ, ਹੋਰ ਵਧੀਆ ਹੋ ਸਕਦਾ, ਤਾਂ ਤੁਸੀਂ ਨਾ ਆਪਣਾ 100% ਦਵੋਗੇ, ਹੋਰ ਡਬਲ ਵਧੀਆ ਕਰੋਗੇ। ਤੇ ਦੋਸਤੋ, ਇਹੀ ਕਹਿਣਾ ਚਾਹਾਂਗੀ ਕਿ ਕਦੀ ਵੀ ਇਹ ਨਾ ਸੋਚੋ ਕਿ ਆਪਾਂ ਮਿਹਨਤ ਕਰ ਰਹੇ ਹਾਂ ਉਹਦਾ ਫਲ ਨਹੀਂ ਮਿਲਦਾ, ਫਲ ਹਰ ਚੀਜ਼ ਦਾ ਮਿਲਦਾ ਵੇ, ਪਰ ਇਹ ਹੁੰਦਾ ਹੈ ਕਈ ਵਾਰੀ ਉਹ ਸਾਡੇ ਸਾਹਮਣੇ ਨਹੀਂ ਆਉਂਦਾ, ਲੇਕਿਨ ਹੋਰਾਂ ਦੇ ਸਾਹਮਣੇ ਉਹ ਜ਼ਰੂਰ ਹੁੰਦਾ ਵੇ। ਇਸ ਲਈ ਜੀ, ਕਦੀ ਵੀ ਇਹ ਨਹੀਂ ਸੋਚਣਾ ਕਿ ਆਪਾਂ ਮਿਹਨਤ ਨਹੀਂ ਕਰਨੀ, ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਜ਼ਰੂਰ ਤੁਸੀਂ ਉਚਾਈਆਂ ਨੂੰ ਛੂਓਗੇ। ਇਸੇ ਮੈਸੇਜ ਦੇ ਨਾਲ ਦੋਸਤੋ, ਤੁਹਾਡੀ ਦੋਸਤ ਮਨਪ੍ਰੀਤ ਤੁਹਾਡੇ ਕੋਲ ਲੈਂਦੀ ਹੈ ਇਜਾਜ਼ਤ। ਜ਼ਰੂਰ ਦੱਸਿਓ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ। ਮੈਂ ਚੱਲਣੀ ਹੈ, ਰੱਖਿਓ ਆਪਣਾ ਖਿਆਲ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।